ਭਾਰਤੀ ਜੀਵਨ ਬੀਮਾ ਨਿਗਮ ਵੱਲੋਂ ਰਾਸ਼ਟਰ ਅਤੇ ਆਪਣੇ ਪਾਲਿਸੀ ਹੋਲਡਰਾਂ ਦੀ ਸੇਵਾ ਵਿੱਚ ਨਿਭਾਏ ਗਏ ਗੌਰਵਮਈ 63 ਸਾਲ ਪੂਰੇ ਹੋਣ ਮੌਕੇ ਦੁੱਗਰੀ ਫੇਸ ਬਨ ਵਿਖੇ ਲੁਧਿਆਣਾ ਮੰਡਲ ਦੇ ਮਾਰਕੀਟਿੰਗ ਮੈਨੇਜਰ ਸ਼੍ਰੀ ਦਾਵਾ ਰਾਮ ਨੇ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਕਿ ਅੱਜ LIC ਕੋਲ 29 ਕਰੋੜ ਤੋਂ ਵੀ ਵੱਧ ਪਾਲਿਸੀ ਹੋਲਡਰ ਹੋਣ ਦੇ ਨਾਲ ਨਾਲ 28 ਲੱਖ ਕਰੋੜ ਤੋਂ ਵੱਧ ਦਾ ਲਾਈਫ ਫੰਡ ਅਤੇ 31 ਕਰੋੜ ਤੋਂ ਵੱਧ ਦੀ ਜਾਇਦਾਦ ਹੈ। ਪਾਲਿਸੀ ਹੋਲਡਰਾਂ ਦੀ ਬਿਹਤਰ ਸੇਵਾ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਭਾਰਤੀ ਜੀਵਨ ਬੀਮਾ ਨਿਗਮ ਨੇ ਪਿਛਲੇ ਸਾਲ 2018-19 ਦੌਰਾਨ 259.54 ਲੱਖ ਕਲੇਮਾਂ ਦਾ ਨਿਪਟਾਰਾ ਕਰਦੇ ਹੋਏ ਪਾਲਿਸੀ ਹੋਲਡਰਾਂ ਦਾ ਵਿਸ਼ਵਾਸ ਜਿੱਤਿਆ। ਉਹਨਾਂ ਦੱਸਿਆ ਕਿ LIC ਪੂਰੇ ਦੇਸ਼ ਵਿੱਚ 8 ਖੇਤਰੀ ਦਫ਼ਤਰ, 113 ਮੰਡਲ ਦਫ਼ਤਰ, 2048 ਬ੍ਰਾਂਚਾਂ, 1481 ਸੈਟੇਲਾਈਟ ਦਫ਼ਤਰ, 1200 ਮਿੰਨੀ ਦਫ਼ਤਰ, 73 ਕਸਟਮਰ ਜ਼ੋਨ ਰਾਹੀਂ ਸੇਵਾ ਪ੍ਰਦਾਨ ਕਰ ਰਿਹਾ ਹੈ। ਜੈਸੇ ਆਜ ਹਮ ਭਾਰਤੀ ਜੀਵਨ ਬੀਮਾ ਨਿਗਮ ਕਾ 63ਵਾਂ ਵਰਸ਼ਗਾਂਠ ਮਨਾਨੇ ਕੇ ਲੀਏ ਇਕੱਤ੍ਰਿਤ ਹੋਏ ਹੈ। ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣਾ 63 ਸਾਲ ਦੇਸ਼ ਕੀ ਸੇਵਾ ਕਾ ਪੂਰਾ ਕੀਆ ਹੈ ਔਰ 64ਵੇਂ ਵਰਸ਼ ਮੇਂ ਹਮ ਲੋਗ ਐਂਟਰ ਕਰ ਚੁਕੇ ਹੈ। ਜੈਸੇ ਕਿ ਹਮਨੇ ਬਤਾਇਆ ਆਪਕੋ, ਜਬ ਭਾਰਤੀ ਜੀਵਨ ਬੀਮਾ ਨਿਗਮ ਨੇ 1956 ਮੇਂ ਆਪਣੀ ਸ਼ੁਰੂਆਤ ਕੀ 5 ਕਰੋੜ ਔਰ ਕੇ ਪੂੰਜੀ ਸੇ ਔਰ 168 ਬ੍ਰਾਂਚਸ ਕੇ ਸਾਥ, ਜੋ ਬੜਕਰ ਆਜ 31 ਲੱਖ ਕਰੋੜ ਕੀ ਪੂੰਜੀ ਹੋ ਚੁੱਕੀ ਹੈ ਔਰ 4800 ਕੇ ਕਰੀਬ ਹਮਾਰੇ ਸ਼ਾਖਾਏ ਹੈ ਔਰ 1 ਲੱਖ ਸੇ ਉੱਪਰ LIC ਕੇ ਇੰਪਲਾਈਜ਼ ਹੈ। ਲਗਭਗ 11.5 ਲੱਖ ਕੇ ਕਰੀਬ ਹਮਾਰੇ ਅਭਿਕਰਤਾ ਸਾਥੀ ਹੈ ਔਰ ਪੂਰੇ ਭਾਰਤ ਵਰਸ਼ ਮੇਂ ਜੈਸੇ ਮੈਨੇ ਕਹਾ ਸੈਟੇਲਾਈਟ ਆਫਿਸਿਸ ਵੀ ਹਮਾਰੇ ਬਹੁਤ ਖੁੱਲ ਚੁੱਕੇ ਹੈ ਔਰ ਮਾਈਕਰੋ ਆਫਿਸਿਸ ਵੀ ਹੈ ਜਿਨਕੇ ਥਰੂ ਪਾਲਿਸੀ ਧਾਰਕੋਂ ਕੋ ਸੇਵਾਏ ਪ੍ਰਦਾਨ ਕੀ ਜਾ ਰਹੀ ਹੈ ਔਰ ਸਾਥ ਮੇਂ ਹਮਨੇ ਇਹ ਬਤਾਇਆ ਕਿ ਜੋ ਨੈਚ ਕਾ ਜੋ ਕਾਰਜ ਸ਼ੁਰੂ ਕਿਆ ਭਾਰਤੀ ਜੀਵਨ ਬੀਮਾ ਨਿਗਮ ਦੁਆਰਾ, ਜਿਸਸੇ ਕਿ ਲੋਕੋਂ ਕੋ ਇਹ ਸੁਵਿਧਾ ਮਿਲ ਰਹੀ ਹੈ ਕਿ ਬਈ ਬ੍ਰਾਂਚ ਵਿਜ਼ਿਟ ਕਰਨੇ ਕੀ ਜ਼ਰੂਰਤ ਨਹੀਂ ਹੈ, ਆਪਣੇ ਖਾਤੋਂ ਸੇ ਪੈਸੇ ਕੱਟ ਰਹੇ ਹੈ ਔਰ ਉਸਕੀ ਸੰਖਿਆ ਆਜਕਲ ਟੋਟਲ ਪਾਲਿਸੀ ਕਾ ਹਮਾਰਾ 20% ਹਮਾਰੇ ਮੰਡਲ ਮੇਂ ਹੈ ਜਿਨਕੇ ਅਕਾਊਂਟ ਸੇ ਪੈਸਾ ਡਾਇਰੈਕਟਲੀ ਕੱਟ ਕੇ LIC ਮੇਂ ਜਮਾ ਹੋ ਰਹਾ ਹੈ। ਦੂਸਰੀ ਬਾਤ ਜੋ ਨੈਫਟ ਕੀ ਬਾਤ ਕੀ ਹਮਨੇ, ਨੈਫਟ ਕੇ ਥਰੂ ਪੇਮੈਂਟ 100% ਲੋਕੋਂ ਕੇ ਖਾਤੋਂ ਮੇਂ ਜਾ ਰਹਾ ਹੈ, ਕੋਈ ਚੈੱਕ ਕਿਸੀ ਕੋ ਹੈਂਡਓਵਰ ਨਹੀਂ ਕਰਤੇ ਹਮ ਲੋਕ, ਸਾਰੀ ਪੇਮੈਂਟ ਜੋ ਹੈ ਨੈਫਟ ਕੇ ਥਰੂ ਜੋ ਖਾਤਾ ਧਾਰਕ ਹੈ ਪਾਲਿਸੀ ਧਾਰਕ ਹੈ ਹਮਾਰਾ ਉਸਕੇ ਅਕਾਊਂਟ ਮੇਂ ਡਾਇਰੈਕਟਲੀ ਕ੍ਰੈਡਿਟ ਹੋ ਰਹਾ ਹੈ। ਇਹ ਦੂਸਰੀ ਚੀਜ਼ ਹਮਨੇ ਬਤਾਈ ਜੋ RCCCA ਕੇ ਰੂਪ ਮੇਂ ਹਮ ਜੋ ਬੇਰੋਜ਼ਗਾਰ ਨਵਯੁਵਕੋਂ ਕੋ ਇੱਕ ਰੋਜ਼ਗਾਰ ਕਾ ਅਵਸਰ ਪ੍ਰਦਾਨ ਕਰਤੇ ਹੈ, ਜੋ ਵੀ ਜੁੜਨਾ ਚਾਹਤੇ ਹੈ 10 ਜਮਾਤ ਜੋ ਪੜ੍ਹਾ ਹੈ ਜਾਂ 12th ਪੜ੍ਹਾ ਹੈ LIC ਮੇਂ ਆ ਕੇ ਉਹ ਆਵੇਦਨ ਕਰਤਾ ਹੈ ਔਰ ਉਸਕੋ 5000 ਰੁਪਏ, 6000 ਰੁਪਏ ਜਿਸ ਵੀ ਸ਼੍ਰੇਣੀ ਮੇਂ ਵੋ ਆਪਣਾ ਰਜਿਸਟ੍ਰੇਸ਼ਨ ਕਰਵਾਤਾ ਹੈ ਉਸਕੋ 1 ਸਾਲ 2 ਸਾਲ ਤੱਕ ਸਟਾਈਪੈਂਡ ਦਿਆ ਜਾਤਾ ਹੈ ਕਮਿਸ਼ਨ ਕੇ ਇਲਾਵਾ ਔਰ ਉਸਕੇ ਬਾਅਦ ਉਸਕਾ ਕਮਿਸ਼ਨ ਆਪਣੇ ਜੋ ਵੀ ਟਾਰਗੇਟਸ ਹੈ ਉਸਕੇ ਹਿਸਾਬ ਸੇ ਕਮਿਸ਼ਨ ਵੀ ਉਸਕੋ ਦਿਆ ਜਾਤਾ ਹੈ। ਲੁਧਿਆਣਾ ਤੋਂ ਗੁਰਮੀਤ ਨਿਜਰ ਦੀ ਰਿਪੋਰਟ, ਕੈਮਰਾਮੈਨ ਕਮਲਪ੍ਰੀਤ ਗਰਚਾ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ ਯੂਅਰ ਨਿਊਜ਼।